ਸਰਕਾਰ ਵੱਲੋਂ ਹੁਣ ਸਾਰਿਆਂ ਨੇ ਸਲਾਹ ਕੀਤੀ ਹੈ ਜੀ ਵੀ ਅਸੀਂ 29 ਜੁਲਾਈ ਨੂੰ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨ ਘਾਟ ਵਿੱਚ 12 ਵਜੇ ਇਹ ਜੋ ਰਸਮ ਹੈ ਸ਼ੁਰੂ ਕਰਾਂਗੇ ਜੀ। ਅੰਤਿਮ ਵਿਦਾਇਗੀ ਫਾਦਰ ਸਾਹਿਬ ਉਸਤਾਦ ਸੁਰਿੰਦਰ ਛਿੰਦਾ ਜੀ ਨੂੰ ਦੇਵਾਂਗੇ। ਮੈਂ ਅਤੇ ਮੇਰੇ ਭਰਾ ਜਿੰਨੇ ਵੀ ਅਸ਼ਵਨੀ ਭਾਅ ਜੀ, ਅਸ਼ਵਨੀ ਵਰਮਾ ਜੀ, ਸਾਰੇ ਸ਼ਾਗਿਰਦ ਪਰਿਵਾਰ, ਜਿੰਨਾ ਵੀ ਛਿੰਦਾ ਫੈਮਿਲੀ ਉੱਥੇ ਪਹੁੰਚਣਗੇ ਜੀ ਅਸੀਂ, ਅਤੇ ਜਿੰਨੇ ਵੀ ਫੈਨਸ ਨੇ ਪੂਰੀ ਦੁਨੀਆ 'ਚ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ, ਉਹ ਆ ਕੇ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ। ਘਰ ਤੋਂ ਕਿੰਨੇ ਵਜੇ ਰਵਾਨਗੀ ਹੈਗੀ ਆ? 12 ਵਜੇ ਸੰਸਕਾਰ ਰੱਖਿਆ। ਇਹਦੇ ਬਾਰੇ ਭਾਅ ਜੀ ਆਪਾਂ 12 ਵਜੇ ਉੱਥੇ ਮਿਲਾਂਗੇ ਸਾਰਿਆਂ ਨੂੰ। ਬਾਕੀ ਤਾਂ ਜੋ ਇੱਥੋਂ ਇਹਦੇ ਬਾਰੇ ਮੈਂ ਤੁਹਾਨੂੰ ਅਜੇ ਕੱਲ੍ਹ ਤੱਕ ਦੱਸ ਸਕਦਾ ਜੀ, ਮੈਨੂੰ ਹਲੇ ਇੰਨਾ ਹੀ ਪਤਾ ਲੱਗਿਆ ਵੀ ਜੋ ਉਹਨਾਂ ਦੇ ਕਰੀਬੀ ਨੇ, ਜੋ ਸ਼ਾਗਿਰਦ ਪਰਿਵਾਰ ਹੈ, ਸਾਰਿਆਂ ਨੇ ਜੋ ਸਲਾਹ ਕੀਤੀ ਹੈ, ਕਿਉਂਕਿ ਸਾਡੇ 'ਚ ਤਾਂ ਇਸ ਟਾਈਮ ਹਿੰਮਤ ਹੀ ਹੈ ਨਹੀਂ ਗੱਲ ਕਰਨ ਦੀ ਵੀ 29 ਜੁਲਾਈ ਨੂੰ ਤੁਹਾਨੂੰ ਪਤਾ ਲੱਗ ਜੂਗਾ 12 ਵਜੇ ਜਾਂ ਉਸ ਵੀ ਕੀ ਅੱਗੇ ਜਿਹੜੇ ਸਮਾਗਮ ਕਰਨੇ ਆ ਜੋ ਵੀ ਹੈਗੇ। ਹਾਂਜੀ, ਬਹੁਤ ਥੈਂਕ ਯੂ ਸਰਕਾਰ ਵੱਲੋਂ ਹੁਣ ਸਾਰਿਆਂ ਨੇ ਸਲਾਹ ਕੀਤੀ ਹੈ ਜੀ ਵੀ ਅਸੀਂ 29 ਜੁਲਾਈ ਨੂੰ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨ ਘਾਟ ਵਿੱਚ 12 ਵਜੇ ਇਹ ਜੋ ਰਸਮ ਹੈ ਸ਼ੁਰੂ ਕਰਾਂਗੇ ਜੀ। ਅੰਤਿਮ ਵਿਦਾਇਗੀ ਫਾਦਰ ਸਾਹਿਬ ਉਸਤਾਦ ਸੁਰਿੰਦਰ ਛਿੰਦਾ ਜੀ ਨੂੰ ਦੇਵਾਂਗੇ। ਮੈਂ ਅਤੇ ਮੇਰੇ ਭਰਾ ਜਿੰਨੇ ਵੀ ਅਸ਼ਵਨੀ ਭਾਅ ਜੀ, ਅਸ਼ਵਨੀ ਵਰਮਾ ਜੀ, ਸਾਰੇ ਸ਼ਾਗਿਰਦ ਪਰਿਵਾਰ, ਜਿੰਨਾ ਵੀ ਛਿੰਦਾ ਫੈਮਿਲੀ ਉੱਥੇ ਪਹੁੰਚਣਗੇ ਜੀ ਅਸੀਂ, ਅਤੇ ਜਿੰਨੇ ਵੀ ਫੈਨਸ ਨੇ ਪੂਰੀ ਦੁਨੀਆ 'ਚ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ, ਉਹ ਆ ਕੇ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ। ਘਰ ਤੋਂ ਕਿੰਨੇ ਵਜੇ ਰਵਾਨਗੀ ਹੈਗੀ ਆ? 12 ਵਜੇ ਸੰਸਕਾਰ ਰੱਖਿਆ। ਇਹਦੇ ਬਾਰੇ ਭਾਅ ਜੀ ਆਪਾਂ 12 ਵਜੇ ਉੱਥੇ ਮਿਲਾਂਗੇ ਸਾਰਿਆਂ ਨੂੰ। ਬਾਕੀ ਤਾਂ ਜੋ ਇੱਥੋਂ ਇਹਦੇ ਬਾਰੇ ਮੈਂ ਤੁਹਾਨੂੰ ਅਜੇ ਕੱਲ੍ਹ ਤੱਕ ਦੱਸ ਸਕਦਾ ਜੀ, ਮੈਨੂੰ ਹਲੇ ਇੰਨਾ ਹੀ ਪਤਾ ਲੱਗਿਆ ਵੀ ਜੋ ਉਹਨਾਂ ਦੇ ਕਰੀਬੀ ਨੇ, ਜੋ ਸ਼ਾਗਿਰਦ ਪਰਿਵਾਰ ਹੈ, ਸਾਰਿਆਂ ਨੇ ਜੋ ਸਲਾਹ ਕੀਤੀ ਹੈ, ਕਿਉਂਕਿ ਸਾਡੇ 'ਚ ਤਾਂ ਇਸ ਟਾਈਮ ਹਿੰਮਤ ਹੀ ਹੈ ਨਹੀਂ ਗੱਲ ਕਰਨ ਦੀ ਵੀ 29 ਜੁਲਾਈ ਨੂੰ ਤੁਹਾਨੂੰ ਪਤਾ ਲੱਗ ਜੂਗਾ 12 ਵਜੇ ਜਾਂ ਉਸ ਵੀ ਕੀ ਅੱਗੇ ਜਿਹੜੇ ਸਮਾਗਮ ਕਰਨੇ ਆ ਜੋ ਵੀ ਹੈਗੇ। ਹਾਂਜੀ, ਬਹੁਤ ਥੈਂਕ ਯੂ ਧੰਨਵਾਦ।